ਯਾਦ ਆ ਇਹ ਡਾਇਲੋਗ? ਇਹ ਡਾਇਲੋਗ ਆ ਜੀ ਮਿਸਟਰ ਐਂਡ ਮਿਸਿਜ 420 ਫਿਲਮ ਦਾ, ਤੇ ਹੁਣ ਸਤੇਸ਼ ਚੌਧਰੀ ਜੀ ਲੈ ਕੇ ਆ ਰਹੇ ਨੇ ਮਿਸਟਰ ਐਂਡ ਮਿਸਿਜ 420 ਰਿਟਰਨਸ। ਚਾਰਾ ਗੁਰਪ੍ਰੀਤ ਬਾਈ ਕਹਿੰਦਾ ਵਿਆਹ ਦਾ ਵਟਣਾ ਕੀ ਲਵਾਇਆ, ਉਦੋਂ ਦਾ ਸੇਵੀਆਂ ਵਟਣ ਤੇ ਆ। ਇੰਨੀਆਂ ਲੰਮੀਆਂ ਸੇਵੀਆਂ, ਤੇਰੀ ਜ਼ਬਾਨ ਨਾਲੋਂ ਤੇ ਚੋਟੀਆਂ ਹੀ ਨੇ ਯਾਰ, ਹੁਣ ਤਾਂ ਨੀਂਦ ਵੀ ਨਹੀਂ ਆਉਣੀ। ਚੰਗਾ ਫਿਰ ਲੱਤਾ ਘੁੱਟ। ਤੇ ਫਿਲਮ ਦੇ ਟ੍ਰੇਲਰ ਤੋਂ ਪਤਾ ਲੱਗਦਾ ਜੀ ਕਿ ਸਾਡੇ ਜੱਸੀ ਗੱਲ ਬਾਈ ਨੂੰ ਹੋ ਜਾਂਦਾ ਜੀ 20 ਕਿੱਲਿਆਂ ਵਾਲੀ ਕੁੜੀ ਨਾਲ ਆ ਪਿਆਰ। ਉਹਦੇ ਕੋਲ 20 ਕਿੱਲੇ ਨਾਸ, ਥੋੜੀ ਬਹੁਤੀ ਜ਼ਮੀਨ ਤਾਂ ਜ਼ਰੂਰ ਹੋ। ਤੇ ਉਧਰੋਂ ਬਾਬੇ ਬਾਈ ਦੇ ਵਿਆਹ ਦਾ ਪੰਗਾ ਪੈ ਜਾਂਦਾ। ਕਰਮਜੀਤ ਬਾਈ ਵਿਚੋਲਾ ਬਣਦਾ ਬਣਦਾ ਬਣ ਜਾਂਦਾ ਜੀ ਬੰਦੇ ਤੋਂ ਜਨਾਨੜਾ, ਤੇ ਜੱਸੀ ਗੱਲ ਬਣ ਜਾਂਦਾ ਉਹਦੀ ਕੁੜੀ, ਤੇ ਫਿਰ ਕਿਆ ਕਰਾਮਾਤਾਂ ਹੁੰਦੀਆਂ ਨੇ ਇਹ ਤਾਂ ਸਾਨੂੰ ਪੂਰੀ ਫਿਲਮ ਦੇਖਣ ਤੋਂ ਹੀ ਪਤਾ ਲੱਗੂ, ਪਰ ਟ੍ਰੇਲਰ ਦੇ ਵਿੱਚ ਜਿਹੜੀਆਂ ਝਲਕਾਂ ਨੇ ਉਹ ਤਾਂ ਦੇਖ ਲਓ। ਇੱਕ ਤਾਂ ਜੱਸੀ ਗੱਲ ਊਂ ਸੋਹਣਾ, ਉੱਤੋਂ ਕਿਊਟ ਜਿਹਾ ਮੁੰਡਾ, ਤੇ ਕੁੜੀ ਬਣਿਆ ਤਾਂ ਇੰਨਾ ਘੈਂਟ ਲੱਗਦਾ ਵੀ ਹਰ ਕਿਸੇ ਦਾ ਦਿਲ ਆ ਜੇ, ਤੇ ਫਿਰ ਘੁੱਗੀ ਬਾਈ ਕਿਵੇਂ ਪਿੱਛੇ ਰਹਿ ਸਕਦੇ ਸੀ? ਘੁੱਗੀ ਬਾਈ ਦਾ ਦਿਲ ਆ ਜਾਂਦਾ ਹੀ ਆਪਦੀ ਨੂੰ ਰਾਣੀ ਜਾਣੀ ਕੇ ਆਪਦੀ ਛੋਟੀ ਭਰਜਾਈ ਜੱਸੀ ਗਿੱਲ ਤੇ। ਰਾਤ ਨਾ ਗਰਮੀ ਚ ਤੜਪਦੀਆਂ ਮੇਰੇ ਕੋਲੋਂ ਵੇਖੀਆਂ ਨੀ ਗਈਆਂ, ਮੇਰਾ ਰੋਣਾ ਨਿਕਲ ਗਿਆ, ਮੈਂ ਲਾਤਾ ਲਿਆ। ਰਣਜੀਤ ਬਾਬਾ ਮਾਰ ਦਿੰਦਾ ਮੋਰਚਾ, ਤੇ ਗੋਲ ਮਟੋਲ ਕਰਮਜੀਤ ਅਨਮੋਲ ਤੇ ਅੱਖ ਰੱਖ ਲੈਂਦਾ ਹੈ ਜੀ ਜਸਵਿੰਦਰ ਭੱਲਾ, ਜੋ ਕਿ ਹੈ ਰਣਜੀਤ ਬਾਬਾ ਦਾ ਬਾਪੂ, ਜਾਣੀ ਕਿ ਉਸੇ ਘਰ ਦੇ ਵਿੱਚ ਕੁੜੀ ਗਈ ਤੇ ਉਸੇ ਘਰ ਦੇ ਵਿੱਚ ਮਾਲ ਲਿਆਉਣ ਨੂੰ ਫਿਰਦੇ ਨੇ। ਕਿਆ ਕਹਿੰਗੇ, ਜਿਸ ਘਰ ਮੈਂ ਬੈਠੀ ਦੀ ਉਸੇ ਮੈਂ ਮਾਂ ਘੁਸ ਗਈ। ਕਹਦੀ ਲੋਕਾਂ ਨੂੰ ਕਿ ਜਿੱਥੇ ਕੰਨਿਆ ਦਾਨ ਕਰਤਾ ਉੱਥੇ ਮਾਂ ਵੀ ਦਾਨ। ਫਿਰ ਟ੍ਰੇਲਰ ਦੇ ਲਾਸਟ ਤੇ ਪਤਾ ਲੱਗਦਾ ਜੀ ਕਿ ਜੱਸੀ ਗੱਲ ਬਾਈ ਨੇ ਫਿਲਮ ਦੇ ਵਿੱਚ ਵਿਆਹ ਕਰਵਾਇਆ ਸੀ ਰਣਜੀਤ ਬਾਬੇ ਦੇ ਨਾਲ ਕਿੱਲਿਆਂ ਦੀ ਖਾਤਰ। ਬਾਈ ਬਹੁਤ ਕਨਫਿਊਜ਼ਨ ਹੈ ਫਿਲਮ ਦੇ ਵਿੱਚ, ਕਿਉਂਕਿ ਨਰੇਸ਼ ਬਾਜੀ ਨੇ ਲਿਖੀ ਹੋਈ ਇੰਨੀ ਵਧੀਆ ਗੀ ਤੇ ਸਕਰੀਨ ਪਲੇ ਵੀ ਇੰਨਾ ਵਧੀਆ ਹੋਇਆ ਕਿ ਕਿਉਰਿਓਸਿਟੀ ਹੀ ਕਿਉਰਿਓਸਿਟੀ ਹੈ ਫਿਲਮ ਦੇ ਵਿੱਚ। ਮੈਂ ਤਾਂ ਲੁੱਟ ਗਈ, ਮੈਂ ਤਾਂ ਨਾ ਗਰਕੀ ਰਹੀ, ਮੈਂ ਤਾਂ ਮੁੱਕ ਗਈ। ਜਾਨ ਪੰਜਾਬੀ ਦੀ ਪੂਰੀ ਟੀਮ ਦੇ ਵੱਲੋਂ ਰੂਪਾਲੀ ਗੁਪਤਾ ਜੀ, ਜੋ ਕਿ ਨੇ ਇਸ ਫਿਲਮ ਦੇ ਪ੍ਰੋਡਿਊਸਰ, ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਦੁਆਵਾਂ, ਜਿਨ੍ਹਾਂ ਦੇ ਇੱਕ ਸਦਕਾ ਇਹ ਫਿਲਮ ਬਣ ਰਹੀ ਆ। ਉਮੀਦ ਕਰਦੇ ਹਾਂ ਕਿ ਰੂਪਾਲੀ ਗੁਪਤਾ ਜੀ ਦੀ ਇਹ ਫਿਲਮ ਸੁਪਰ ਡੂਪਰ ਹਿੱਟ ਰਹੇਗੀ, ਤੇ ਫਿਲਮ ਦੀ ਸਟਾਰ ਕਾਸਟ ਜੱਸੀ ਗਿੱਲ, ਰਣਜੀਤ ਬਾਵਾ, ਗੁਰਪ੍ਰੀਤ, ਘੁੱਗੀ, ਕਰਮਜੀਤ, ਅਨਮੋਲ, ਪਾਇਰ, ਰਾਜਪੂਤ, ਅਨੀਤਾ, ਦੇਵਗਨ, ਇੰਨੇ ਕੁ ਨਾਂ ਨੇ ਕਿ ਬੰਦੇ ਤਾਂ ਲੈਂਦੇ ਲੈਂਦੇ ਦਾ ਸਾਹ ਚੜ੍ਹ ਜਾਂਦਾ। ਸੋ ਮਿੱਤਰੋ, ਇੰਨੀ ਸਟਾਰ ਕਾਸਟ ਹੋਵੇ ਤਾਂ ਫਿਲਮ ਇੰਟਰਸਟਿੰਗ ਨਾ ਹੋਵੇ ਇਹ ਕਿਤੇ ਹੋ ਨਹੀਂ ਸਕਦਾ। 15 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਹੈ ਜੀ, ਤੁਹਾਡੇ ਨਜ਼ਦੀਕੀ ਦੇ ਸਿਨੇਮਾ ਘਰਾਂ ਦੇ ਵਿੱਚ ਤੁਸੀਂ ਜ਼ਰੂਰ ਜਾਇਓ, ਜ਼ਰੂਰ ਦੇਖਿਓ, ਅਤੇ ਹੁਣ ਕਿਤੇ ਨਹੀਂ ਜਾਣਾ, ਦੇਖਦੇ ਰਹੋ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।